ਵੀਰ ਜੀ ਪਿਛਲੀ ਵਾਰੀ ਵੀ ਬਾਬੇ ਦੀ ਮਿਹਰ ਨਾਲ ਸਾਡਾ ਬਹੁਤ ਵਧੀਆ ਰਿਹਾ ਸੀ ਦੀਵਾਲੀ ਵਾਲਾ। ਸਾਰੇ ਇਲਾਕਾ ਨਿਵਾਸੀਆਂ ਨੇ ਅਤੇ ਸਾਰੇ ਸਾਡੇ ਸ਼ਹਿਰ ਨਿਵਾਸੀਆਂ ਨੇ ਬਹੁਤ ਸਾਥ ਦਿੱਤਾ ਸੀ। ਐਰਕਾਂ ਵੀ ਆਪਾਂ ਉਹਨਾਂ ਵਾਸਤੇ ਪਿਛਲੇ ਨਾਲੋਂ ਵੱਧ ਔਫਰ ਲੈ ਕੇ ਆ ਰਹੇ ਹਾਂ। ਜਿੱਦਾਂ ਕਿ ਦੀਵਾਲੀ ਦੇ ਵਿੱਚ ਹਰ ਕੰਪਨੀ ਵੱਲੋਂ ਵੱਖਰੀ ਵੱਖਰੀ ਸਕੀਮ ਆ। ਹੁਣ ਤੁਸੀਂ ਆਪਾਂ ਸੈਮਸੰਗ ਦੇ ਹੀ ਪ੍ਰੋਡਕਟ ਲੈਂਦੇ ਹਾਂ, ਸੈਮਸੰਗ ਦੇ ਵਿੱਚ ਵੱਧ ਤੋਂ ਵੱਧ 25,000 ਤੱਕ ਦੇ ਔਫਰ ਚੱਲਣ ਡਿਆ। 25 ਮੰਨ ਲਓ ਜਿਹੜਾ ਸੈੱਟ 1,09,000 ਰੁਪਏ ਦਾ ਸੀ, ਅੱਜ ਦੀ ਡੇਟ ਦੇ ਵਿੱਚ ਉਹ ਸੈੱਟ 70,000 ਦੇ ਕਰੀਬ ਪੈਣ ਡਿਆ ਵਾ। ਮਤਲਬ ਹਰ ਕੰਪਨੀ ਦੇ ਮਾਡਲ 'ਤੇ ਡਿਪੈਂਡ ਕਰਦਾ ਵਾ ਕਿਹੜਾ ਮਾਡਲ ਆ, ਕਿੰਨੇ ਦਾ ਪੈਣ ਡਿਆ ਵਾ। ਉਹਦੇ ਵਿੱਚ ਲੈਸ ਵੱਖਰੇ ਵੱਖਰੇ ਆ, ਕਿਸੇ 'ਤੇ 10,000 ਆ, ਕਿਸੇ 'ਤੇ 5,000 ਆ, ਜਿਹੜੇ ਪ੍ਰੀਮੀਅਮ ਸੈਗਮੈਂਟ ਦੇ ਵਿੱਚ ਆ। ਜਿਹੜੇ ਲੋਅਰ ਸੈਗਮੈਂਟ ਦੇ ਵਿੱਚ ਆ ਉਹਨਾਂ ਵਿੱਚ ਵੀ ਇਹਨਾਂ ਨੇ ਆਪਣੇ ਪ੍ਰਾਈਸ ਡਰੋਪ ਜਾਂ ਸਕੀਮ ਦੇ ਕੇ ਉਹਨਾਂ ਦਾ ਵੀ ਰੇਟ ਬੜੇ ਵਧੀਆ ਕਰਤੇ ਕਿ ਜਿਹੜੇ ਅਫੋਰਡੇਬਲ ਹੋਣ ਹਰ ਰਲੀ। ਬਾਕੀ ਓਪੋ ਤੁਹਾਡੇ ਲਈ 1.5 ਸਾਲ ਦੀ ਵਾਰੰਟੀ ਲੈ ਕੇ ਆ ਰਹੇ ਆ। ਓਪੋ ਦੇ ਪ੍ਰੋਡਕਟ ਜਿਹੜੇ ਵੀ ਤੁਸੀਂ ਕਈ ਮਾਡਲ ਵਿੱਚ ਜਿਹੜੇ ਦੀਵਾਲੀ 'ਤੇ ਸਪੈਸ਼ਲ ਔਫਰ ਦਿੱਤੀ ਉਹਨਾਂ ਨੇ ਕਈ ਮਾਡਲਾਂ 'ਤੇ ਕਿ ਤੁਹਾਡੀ 1.5 ਸਾਲ ਵਾਰੰਟੀ ਹੋਏਗੀ। ਵੀਵੋ ਜਿਹੜਾ ਵਾ ਉਹ ਵੀ ਤੁਹਾਨੂੰ ਆਪਣੇ 101 ਰੁਪਏ ਦੇ ਵਿੱਚ ਡਾਊਨ ਪੇਮੈਂਟ ਦੇ ਵਿੱਚ ਸੈੱਟ ਦੇ ਰਿਹਾ ਕਿ ਤੁਸੀਂ 101 ਰੁਪਇਆ ਸਾਨੂੰ ਦਿਓ। ਕਈ ਮਾਡਲ ਉਹਦੇ ਵੀਵੋ ਦੇ ਇੱਦਾਂ ਦੇ ਆ ਕਿ ਜਿਹੜੇ ਤੁਸੀਂ ਡਾਊਨ ਪੇਮੈਂਟ ਮੋਸਟ ਪ੍ਰੋਬੇਬਿਲਟੀ ਕੋਈ 100 ਰੁਪਇਆ ਜਾਂ 1 ਰੁਪਇਆ ਇੱਦਾਂ ਕਰਕੇ ਆ, ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਵੀ ਪ੍ਰੋਡਕਟ ਪ੍ਰੋਵਾਈਡ ਕਰਾ ਰਹੇ ਆ। ਇੱਦਾਂ ਹੀ MI ਆ। ਹੁਣ ਜਿੱਦਾਂ MI ਦਾ ਅੱਜ ਦਾ ਹੀ ਤੁਹਾਨੂੰ ਮੈਂ ਦੱਸਦਾ, MI ਸਕਰੈਚ ਕੂਪਨ ਦੇ ਨਾਲ ਰਨ ਕਰ ਰਿਹਾ। MI ਤੁਸੀਂ ਕੋਈ ਫੋਨ ਲਓਗੇ ਨਾ, ਇੱਕ ਸਕਰੈਚ ਕੂਪਨ ਕਰੋਗੇ ਅਤੇ ਤੁਹਾਨੂੰ ਨਾਲ ਕੁਛ ਨਾ ਕੁਛ ਨਿਕਲਣਾ ਵਾ। ਮਤਲਬ ਕੋਈ ਹੈੱਡਫੋਨ ਜਾਂ ਕੁਛ ਤੁਹਾਡਾ TV ਜਾਂ ਕੁਛ ਵੀ, ਉਹ MI ਨਾਲ ਲੈ ਕੇ ਆਇਆ। ਅੱਜ ਹੀ ਕਿਸੇ ਦੇ ਹੈੱਡਫੋਨ ਵੀ ਨਿਕਲੇ ਆ, ਕਿਸੇ ਦਾ TV ਨਿਕਲਿਆ ਸੀ, ਮਤਲਬ ਉਹ ਸਕਰੈਚ ਕੂਪਨ ਆ MI ਵੱਲੋਂ। ਬਾਕੀ ਸੇਮ ਰੀਅਲਮੀ ਆ, ਰੀਅਲਮੀ 'ਤੇ ਵੀ ਔਫਰ ਚੱਲ ਰਹੇ ਆ। ਉਹਨਾਂ ਨੇ ਆਪਣਾ ਪਰ ਪੀਸ ਦੇ ਉੱਤੇ ਕੈਸ਼ਬੈਕ ਦੇ ਰਹੇ ਆ, 500 ਆ, ਕਿਸੇ ਦੇ 1,000 ਆ। ਅਤੇ ਮੇਨ ਜਿਹੜਾ ਐਪਲ ਜਿਹੜਾ ਵਾ, ਇਹ ਪ੍ਰੋਡਕਟ ਤੁਹਾਨੂੰ ਪਤਾ ਹੀ ਆ, ਐਪਲ ਆਥੋਰਾਈਜੇਸ਼ਨ ਆ ਸਾਡੇ ਕੋਲ, ਐਪਲ ਸਟੋਰ ਆ ਗੁਰਦਾਸਪੁਰ ਦਾ। ਅਤੇ ਆਪਾਂ ਐਪਲ ਦੇ ਵਿੱਚ ਕੋਈ ਵੀ ਵੀਰ ਜੀ ਗ੍ਰੇ ਮਾਰਕੀਟ ਨਹੀਂ ਕਰਦੇ, ਨਾ ਇੰਪੋਰਟਡ ਦਾ ਮਾਲ ਲਿਆ ਕੇ ਵੇਚਦੇ ਹਾਂ, ਨਾ ਵਿਦਾਊਟ ਬਿੱਲ ਵਾਲਾ ਲਿਆ ਕੇ ਵੇਚਦੇ ਹਾਂ। ਇਹਦੀ ਜ਼ਿੰਮੇਵਾਰੀ ਆਪਾਂ ਲਵਾਂਗੇ ਸਾਰੀ। ਬਾਕੀ ਤੁਹਾਨੂੰ ਕੋਈ ਲੋੜ ਪਵੇ EMI ਦੇ ਉੱਤੇ, EMI ਵੀ ਹੋ ਜਾਏਗੀ ਐਪਲ ਦੀ, ਅਤੇ EMI ਜ਼ੀਰੋ ਡਾਊਨ ਪੇਮੈਂਟ ਦੇ, ਜ਼ੀਰੋ ਡਾਊਨ ਪੇਮੈਂਟ 'ਤੇ ਵੀ ਆ, ਅਤੇ ਨਾਲ ਪਲੱਸ ਤੁਹਾਡੇ 0% 'ਤੇ ਵੀ ਆ। 0% ਰੇਟ ਆਫ ਇੰਟਰਸਟ ਦੇ ਰਿਹਾ ਐਪਲ ਦੇ ਵਿੱਚ, ਅਤੇ 5,000 ਤੋਂ ਲੈ ਕੇ 6,000 ਤੱਕ ਕੈਸ਼ਬੈਕ ਦੇ ਰਿਹਾ ਐਪਲ HDFC ਕਾਰਡ ਦੇ ਉੱਤੇ। ਅਤੇ ਤੁਸੀਂ ਕਿਸ਼ਤਾਂ ਵੀ ਕਰ ਸਕਦੇ ਜੇ, ਕੈਸ਼ਬੈਕ ਵੀ ਲੈ ਸਕਦੇ ਹੋ। ਅਤੇ ਸਾਡੇ ਵੱਲੋਂ ਜਿਹੜਾ ਹਰ ਸਾਲ ਆਪਾਂ ਲਾਉਂਦੇ ਦੀਵਾਲੀ ਬੰਪਰ ਜਾਂ ਦੀਵਾਲੀ ਧਮਾਕਾ, ਉਹ ਸਾਡੇ ਵੱਲੋਂ ਵੀ ਲੱਗਾ। ਐਰਕਾ ਆਪਾਂ ਉਸ ਨੂੰ ਵਧਾ ਕੇ ਪਹਿਲਾ ਨਾਮ ਜਿਹੜਾ ਵਾ ਮੋਟਰਸਾਈਕਲ ਕਰਤਾ ਵਾ, ਦੂਜਾ LED ਕਰਤਾ ਵਾ, ਅਤੇ ਤੀਸਰਾ ਜਿਹੜਾ ਵਾ ਵਾਟਰ ਪਿਊਰੀਫਾਇਰ ਕਰਤਾ ਵਾ। ਮੈਨੂੰ ਇਹ ਲੱਗਾ ਸੀ ਕਿ ਜੇ ਕਿਸੇ ਦੇ ਘਰ ਕੋਈ ਜਾਂਦੀ ਆ ਚੀਜ਼, ਤਾਂ ਪਤਾ ਵੀ ਲੱਗੇ ਕਿ ਹਾਂ ਯਾਰ ਕੋਈ ਚੀਜ਼ ਦਿੱਤੀ ਆ ਕਿਸੇ ਦੁਕਾਨਦਾਰ ਨੇ, ਜਾਂ ਅਤੇ ਮਤਲਬ ਆਪਣਾ ਲੱਕੀ ਡਰਾ ਨਿਕਲਿਆ ਵਾ ਅਤੇ ਸਾਨੂੰ ਇਹ ਚੀਜ਼ ਮਿਲੀ ਆ। ਇਸ ਲਈ ਆਪਾਂ ਇਹ ਬੈਨੀਫਿਟ ਕੀਤਾ ਵਾ ਕਿ ਐਰਕਾ ਪਹਿਲਾ ਨਾਮ ਸਾਡਾ CT 100 ਆਪਣਾ ਜਿਹੜਾ ਬਜਾਜ ਦਾ ਮੋਟਰਸਾਈਕਲ ਹੋਵੇਗਾ। ਬਾਕੀ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ, ਬਹੁਤ ਬਹੁਤ ਧੰਨਵਾਦ 3 ਕਮਿਊਨੀਕੇਸ਼ਨ ਵੱਲੋਂ। ਪਰਮਾਤਮਾ ਮਿਹਰ ਕਰੇ ਸਾਰਿਆਂ 'ਤੇ, ਜਿਉਂਦੇ ਵੱਸਦੇ ਰਹੋ। ਡਰਾ ਵੀਰ ਜੀ, ਦੀਵਾਲੀ 'ਤੇ ਅਗਲੇ ਐਤਵਾਰ, ਮਤਲਬ ਜਿੱਦਾਂ 22 ਤਰੀਕ ਨੂੰ 2 ਵਜੇ ਦੁਕਾਨ 'ਤੇ ਹੀ ਆਪਾਂ ਕੱਢਾਂਗੇ ਸਰ। ਹਾਂ, ਅਤੇ ਲਾਈਵ ਹੋਵਾਂਗੇ, ਫੇਸਬੁੱਕ 'ਤੇ ਵੀ ਲਾਈਵ ਹੋਵਾਂਗੇ, ਤੁਹਾਡੇ ਨਾਲ ਵੀ ਲਾਈਵ ਹੋਵਾਂਗੇ, ਲਾਈਵ ਹੋ ਕੇ ਸਾਰਾ ਕੱਢਾਂਗੇ। ਨੂੰ ਮੇਰੇ ਵੱਲੋਂ ਅਤੇ 3 ਕਮਿਊਨੀਕੇਸ਼ਨ ਵੱਲੋਂ ਮੈਂ ਬਹੁਤ ਹੀ ਧੰਨਵਾਦੀ ਹਾਂ ਸਾਰਿਆਂ ਦਾ, ਸਾਰੇ ਇਲਾਕਾ ਨਿਵਾਸੀਆਂ ਦਾ। ਸਾਡਾ ਐਡਰੈਸ ਨੋਟ ਕਰ ਲਓ, ਸਾਡਾ ਐਡਰੈਸ ਓਪੋਜਿਟ ਡਾਕਟਰ PK ਮਹਾਜਨ ਚਿਲਡਰਨ ਹੋਸਪਿਟਲ, ਲਾਇਬ੍ਰੇਰੀ ਰੋਡ, ਗੁਰਦਾਸਪੁਰ। ਬਾਕੀ ਵੀਰ ਜੀ, ਤੁਸੀਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਰਿਆਂ ਨੇ, ਇਲਾਕਾ ਨਿਵਾਸੀਆਂ ਨੇ ਅਤੇ ਸਾਡੇ ਸ਼ਹਿਰ ਨਿਵਾਸੀਆਂ ਨੇ। ਤੁਹਾਨੂੰ ਫਿਰ ਦੀਵਾਲੀ 'ਤੇ ਇੱਕ ਵਾਰ ਮੈਂ ਦਿਲੋਂ ਮੁਬਾਰਕਾਂ ਦਿੰਦਾ ਵਾਂ। ਕਰੋਨਾ ਕਾਲ ਦੇ ਵਿੱਚ ਵੀ ਅਸੀਂ ਸਮੇਂ ਨੂੰ ਲੰਘ ਕੇ ਅੱਗੇ ਚੱਲ ਗਏ ਹਾਂ। ਮਤਲਬ ਇਹੋ ਜਿਹਾ ਭੈੜਾ ਸਮਾਂ ਚਲੋ ਆਇਆ, ਪਰ ਇਹ ਸਭ ਮਾਲਕ ਦੇ ਹੱਥ 'ਚ ਆ, ਇਸ ਨੂੰ ਕੋਈ ਝੁਠਲਾ ਨਹੀਂ ਸਕਦਾ, ਜਾਂ ਆਪਾਂ ਗਲਤ ਵੀ ਨਹੀਂ ਕਹਿ ਸਕਦੇ ਕਿ ਗਲਤ ਹੋ ਗਿਆ ਜਾਂ ਇੱਦਾਂ ਹੋ ਗਿਆ। ਬਾਕੀ ਮਾਲਕ ਦੀ ਮਰਜ਼ੀ ਆ, ਉਹਦੀ ਰਜ਼ਾ ਉਹਦੇ 'ਚ ਚਾਹੀਦਾ ਵਾ। ਤੁਸੀਂ ਬਾਜ਼ਾਰਾਂ 'ਚ ਆਓ, ਔਨਲਾਈਨ ਉਹਨਾਂ ਨੂੰ ਫੋਲੋ ਕਰੋ, ਜਿਹਦੇ ਨਾਲ ਸਾਡੀ ਇਕੋਨਮੀ ਕ੍ਰੀਏਟ ਹੋਵੇ, ਸਾਡੇ ਲੋਕਲ ਦੁਕਾਨਦਾਰ ਮਜ਼ਦੂਰ ਜਿਹੜੇ ਆ ਉਹ ਫਾਇਦਾ ਲੈਣ, ਰੋਟੀ ਪਾਣੀ ਚੱਲੇ, ਬੰਦ ਹੋ ਜਾਏਗਾ ਹੌਲੀ ਹੌਲੀ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਕਿ ਪਲੀਜ਼ ਤੁਸੀਂ ਬਾਜ਼ਾਰਾਂ 'ਚ ਆਓ, ਆ ਕੇ ਦੁਕਾਨਦਾਰਾਂ ਵੀਰਾਂ ਕੋਲ, ਜਿਹੜੇ ਤੁਹਾਡੇ ਲੋਕਲ ਦੁਕਾਨਦਾਰ ਆ, ਉਹਨਾਂ ਕੋਲ ਹੀ ਚੀਜ਼ ਖਰੀਦੋ। ਬਹੁਤ ਮਿਹਰਬਾਨੀ ਹੋਏਗੀ ਵੀਰ ਜੀ। ਥੈਂਕ ਯੂ ਵੈਰੀ ਮੱਚ ਮੇਰੇ ਵੱਲੋਂ ਅਤੇ ਮੇਰੀ ਸਾਰੀ ਟੀਮ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
तीन चार दिन दिवाली दे, दो दिन पहला, दो दिन कैमरा फिंगर लॉक है।